ਵੱਡੀ ਦਾ ਪਿੰਡ ਕਿਹੜਾ ਤੇਰਾ ਉਹ ਖੜ ਜਾ ਤੇਰੇ ਪਿੰਡ ਦਾ ਮੈਮੀ ਮਜਾ ਤਰੀ ਮੇਰਾ ਪਿੰਡ ਆ ਉਹ ਅਸੀਂ ਮਜਾ ਤਰੀ ਮੇਰੇ ਪਿੰਡ ਕਿਹੜਾ ਮੈਮੀ ਮਜਾ ਉੱਥੇ ਦਾ ਆ ਮਜਾਤ ਨਹੀਂ ਆ ਵੀਰੇ ਅਸੀਂ ਗੱਲ ਕੀ ਹੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੜਕ 'ਤੇ ਚਾਲੇ ਹੋ ਤਾਂ ਚੀਕ ਜਿਹਾ ਹੜਮ ਮਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਦੋਨਾਂ ਬਾਈਕ ਸਵਾਰਾਂ ਦੀ ਜਾਨ ਚਲੀ ਗਈ ਇੱਕ ਬਾਈਕ ਸਵਾਰ ਤਾਂ ਇਸ ਕਾਰ ਦੇ ਹੇਠਾਂ ਫਸ ਗਿਆ ਜਿਸ ਨੂੰ ਇੱਕ ਕਾਰ ਚਾਲਕ ਪੰਜਾਹ ਮੀਟਰ ਤੱਕ ਖੜੀ ਇਸ ਦਾ ਲੈ ਗਿਆ ਤੇ ਫਿਰ ਅੱਗੇ ਜਾ ਕੇ ਜਦੋਂ ਇਹ ਕਾਰ ਦਰਖਤ ਦੇ ਨਾਲ ਟਕਰਾਂਦੀ ਹੈ ਤਾਂ ਫਿਰ ਜਾ ਕੇ ਕਾਰ ਰੁਕਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਕਾਰ 헤ਠਾ ਫਸੇ ਨੌਜਵਾਨ ਨੂੰ ਬਾਹਰ ਕੱਢਿਆ ਜਾਂਦਾ ਹੈ ਪਰ ਉਦੋਂ ਤੱਕ ਉਸਦੀ ਮੌਤ ਹੋ ਜਾਂਦੀ ਹੈ ਉਧਰ ਦੂਸਰੇ ਬਾਈਕ ਸਵਾਰ ਦੀ ਵੀ ਮੌਤ ਹੋ ਗਈ ਜਦਕੇ ਦੋ ਹੋਰ ਲੋਕ ਨੇ ਜੋ ਬੁਰੀ ਤਰ੍ਹਾਂ ਜ਼ਖਮੀ ਨੇ ਤੇ ਹਸਪਤਾਲ ਚ ਜ਼ੇਰੇ ਇਲਾਜ ਨੇ ਮਾਮਲਾ ਮੁਹਾਲੀ ਜ਼ਿਲ੍ਹੇ ਦੇ ਸਰਹੰਦ ਚੁੰਨੀ ਰੋਡ ਦਾ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਕਿ ਇੰਨੀ ਤੇਜ਼ ਰਫ਼ਤਾਰ ਦੇ ਵਿੱਚ ਇੱਕ ਕਾਰ ਆ ਰਹੀ ਸੀ ਕਿ ਉਸਨੇ ਦੋ ਬਾਈਕ ਸਵਾਰਾਂ ਨੂੰ ਇਨੀ ਜ਼ੋਰ ਨਾਲ ਟੱਕਰ ਮਾਰੀ ਕਿ ਬਾਈਕ ਸਵਾਰਾਂ ਦੀ ਮੌਤ ਹੋ ਗਈ ਜਦ ਕਿ ਇੱਕ ਬਾਈਕ ਚਾਲਕ ਕਾਰ ਦੇ ਹੇਠਾਂ ਫਸ ਗਿਆ ਪਰ ਫਿਰ ਵੀ ਇਸ ਕਾਰ ਚਾਲਕ ਦੀ ਬ੍ਰੇਕ ਨਹੀਂ ਲੱਗੀ ਬਲਕਿ ਉਸਨੂੰ 50 ਮੀਟਰ ਤੱਕ ਘੜੀਸਦਾ ਹੋਇਆ ਨਾਲ ਲੈ ਗਿਆ ਜਦੋਂ ਅੱਗੇ ਦਰਖਤ ਦੇ ਨਾਲ ਜਾ ਕੇ ਕਾਰ ਟਕਰਾਉਂਦੀ ਹੈ ਤਾਂ ਫਿਰ ਜਾ ਕੇ ਕਾਰ ਰੁਕਦੀ ਹੈ ਤੇ ਲੋਕ ਇੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਨੌਜਵਾਨ ਨੂੰ ਕਾਰ ਦੇ ਹੇਠੋਂ ਬਾਹਰ ਕੱਢਿਆ ਜਾਂਦਾ ਹੈ ਪਰ ਉਦੋਂ ਤੱਕ ਇਸਦੀ ਮੌਤ ਹੋ ਜਾਂਦੀ ਹੈ ਮ੍ਰਿਤਕਾਂ ਦੀ ਪਛਾਣ 20 ਸਾਲਾ ਜਸਪ੍ਰੀਤ ਸਿੰਘ ਜੋ ਕਿ ਪਿੰਡ ਚੰਝੇੜੀ ਦਾ ਰਹਿਣ ਵਾਲਾ ਸੀ ਤੇ ਇੱਕ 22 ਸਾਲਾ ਸੁਖਵਿੰਦਰ ਸਿੰਘ ਸੁਖੀ ਜੋ ਕਿ ਪਿੰਡ ਮਜਾਤੜੀ ਦਾ ਰਹਿਣ ਵਾਲਾ ਸੀ ਦੋਨਾਂ ਦੀ ਹੀ ਦਰਦਨਾਕ ਮੌਤ ਹੋਈਏ ਜਦਕਿ ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਨੇ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਟੱਕਰ ਹੋਣ ਤੋਂ ਬਾਅਦ ਇਸ ਕਾਰ ਚਾਲਕ ਦੇ ਵੱਲੋਂ ਵੀ ਖੂਬ ਹੰਗਾਮਾ ਕੀਤਾ ਗਿਆ ਬਜਾਏ ਆਪਣੀ ਗਲਤੀ ਮੰਨਣ ਦੇ ਉਹ ਇਹ ਕਹਿੰਦਾ ਰਿਹਾ ਕਿ ਉਸਨੇ ਕੁਝ ਨਹੀਂ ਕੀਤਾ ਇੱਥੇ ਲੋਕਾਂ ਨਾਲ ਬਹਿਸ ਕਰਦਾ ਵੀ ਇਹ ਨਜ਼ਰ ਆਇਆ ਅਤੇ ਨਸ਼ੇ ਦੀ ਹਾਲਤ ਚਲਾ ਕਰਿਆ ਫਿਰ ਹਾਲ ਇਸ ਕਾਰ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਦਾ ਪਿੰਡ ਕਿਹੜਾ ਤੇਰਾ ਉਹ ਖੜ ਜਾ ਤੇਰੇ ਪਿੰਡ ਦਾ ਮੈਂ ਵੀ ਮਜਾਤਰੀ ਮੇਰਾ ਪਿੰਡ ਉਹ ਮੈਂ ਵੀ ਮਜਾ ਉੱਥੇ ਦਾ ਆ ਮਜਾ ਤਾਂ ਨਹੀਂ ਆ ਵੀਰੇ ਅਸੀਂ ਗੱਲ ਕੀ ਹੋ ਇਕੱਲੇ ਹੀ ਸੀਗਾ ਐਕਸੀਡੈਂਟ ਹੋ ਗਿਆ ਹੋ ਗਿਆ ਕਿ ਮਰਜਮਾ ਹੋਣਾ ਇਕੱਲੇ ਹੀ ਸੀ ਤੂੰ ਇਕੱਲੇ ਹੀ ਸੀ ਹਾਂ ਉਹ ਤੈਨੂੰ ਘਰੇ ਲੈ ਕੇ ਚੱਲੇ ਆ ਸੀ ਉਹ ਤੂੰ ਜਿੰਦਾ ਕਰ ਕੋਈ ਕੁਝ ਹੋਈ ਜਾਂ ਮੈਂ ਦੇਖੀ ਹੋਗੀ ਚੱਲ ਸੜਕ ਵਿਚ ਆਲਿਆ ਤਾਂ ਚੀਕ ਜਹਾੜਾ ਮਚ ਗਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਜਿਸ ਰਾਨ ਦੋਨਾਂ ਬਾਈਕ ਸਵਾਰਾਂ ਦੀ ਜਾਨ ਚਲੀ ਗਈ ਇੱਕ ਬਾਈਕ ਸਵਾਰ ਤਾਂ ਇਸ ਕਾਰ ਦੇ ਹੇਠਾਂ ਫਸ ਗਿਆ ਜਿਸ ਨੂੰ ਇੱਕ ਕਾਰ ਚਾਲਕ ਪੰਜਾਹ ਮੀਟਰ ਤੱਕ ਖੜੀ ਇਸ ਦਾ ਲੈ ਗਿਆ ਤੇ ਫਿਰ ਅੱਗੇ ਜਾ ਕੇ ਜਦੋਂ ਇਹ ਕਾਰ ਦਰਖਤ ਦੇ ਨਾਲ ਟਕਰਾਂਦੀ ਹੈ ਤਾਂ ਫਿਰ ਜਾ ਕੇ ਕਾਰ ਰੁਕਦੀ ਹੈ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਕਾਰ ਹੇਠਾਂ ਫਸੇ ਨੌਜਵਾਨ ਨੂੰ ਬਾਹਰ ਕੱਢਿਆ ਜਾਂਦਾ ਹੈ ਪਰ ਉਦੋਂ ਤੱਕ ਉਸ ਦੀ ਮੌਤ ਹੋ ਜਾਂਦੀ ਹੈ ਉਧਰ ਦੂਸਰੇ ਬਾਈਕ ਸਵਾਰ ਦੀ ਵੀ ਮੌਤ ਹੋ ਗਈ ਜਦਕਿ ਦੋ ਹੋਰ ਲੋਕ ਨੇ ਜੋ ਬੁਰੀ ਤਰ੍ਹਾਂ ਜ਼ਖਮੀ ਨੇ ਤੇ ਹਸਪਤਾਲ 'ਚ ਜ਼ੇਰੇ ਇਲਾਜ ਨੇ ਮਾਮਲਾ ਮੁਹਾਲੀ ਜ਼ਿਲ੍ਹੇ ਦੇ ਸਰਹੰਦ ਚੁੰਨੀ ਰੋਡ ਦਾ ਹੈ ਜਿੱਥੇ ਇੱਕ ਤੇਜ਼ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਕਿ ਇੰਨੀ ਤੇਜ਼ ਰਫਤਾਰ ਦੇ ਵਿੱਚ ਇੱਕ ਕਾਰ ਆ ਰਹੀ ਸੀ ਕਿ ਉਸਨੇ ਦੋ ਬਾਈਕ ਸਵਾਰਾਂ ਨੂੰ ਇੰਨੀ ਜ਼ੋਰ ਨਾਲ ਟੱਕਰ ਮਾਰੀ ਕਿ ਬਾਈਕ ਸਵਾਰਾਂ ਦੀ ਮੌਤ ਹੋ ਗਈ ਜਦ ਕਿ ਇੱਕ ਬਾਈਕ ਚਾਲਕ ਕਾਰ ਦੇ ਹੇਠਾਂ ਫਸ ਗਿਆ ਪਰ ਫਿਰ ਵੀ ਇਸ ਕਾਰ ਚਾਲਕ ਦੀ ਬ੍ਰੇਕ ਨਹੀਂ ਲੱਗੀ ਬਲਕਿ ਉਸਨੂੰ 50 ਮੀਟਰ ਤੱਕ ਘੜੀਸਦਾ ਹੋਇਆ ਨਾਲ ਲੈ ਗਿਆ ਜਦੋਂ ਅੱਗੇ ਦਰਖਤ ਦੇ ਨਾਲ ਜਾ ਕੇ ਕਾਰ ਟਕਰਾਉਂਦੀ ਹੈ ਤਾਂ ਫਿਰ ਜਾ ਕੇ ਕਾਰ ਰੁਕਦੀ ਹੈ ਤੇ ਲੋਕ ਇੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਨੌਜਵਾਨ ਨੂੰ ਕਾਰ ਦੇ ਹੀਟੋਂ ਬਾਹਰ ਕੱਢਿਆ ਜਾਂਦਾ ਹੈ ਪਰ ਉਦੋਂ ਤੱਕ ਇਸਦੀ ਮੌਤ ਹੋ ਜਾਂਦੀ ਹੈ ਮ੍ਰਿਤਕਾਂ ਦੀ ਪਛਾਣ 20 ਸਾਲਾ ਜਸਪ੍ਰੀਤ ਸਿੰਘ ਜੋ ਕਿ ਪਿੰਡ ਜਨ ਜਿਹੜੀ ਦਾ ਰਹਿਣ ਵਾਲਾ ਸੀ ਇੱਕ 22 ਸਾਲਾ ਸੁਖਵਿੰਦਰ ਸਿੰਘ ਸੁਖੀ ਜੋ ਕਿ ਪਿੰਡ ਮਜਾਤੜੀ ਦਾ ਰਹਿਣ ਵਾਲਾ ਸੀ ਦੋਨਾਂ ਦੀ ਹੀ ਦਰਦਨਾਕ ਮੌਤ ਹੋਈਏ ਜਦ ਕਿ ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਨੇ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਟੱਕਰ ਹੋਣ ਤੋਂ ਬਾਅਦ ਇਸ ਕਾਰ ਚਾਲਕ ਦੇ ਵੱਲੋਂ ਵੀ ਖੂਬ ਹੰਗਾਮਾ ਕੀਤਾ ਗਿਆ ਬਜਾਏ ਆਪਣੀ ਗਲਤੀ ਮੰਨਣ ਦੇ ਉਹ ਇਹ ਕਹਿੰਦਾ ਰਿਹਾ ਕਿ ਉਸਨੇ ਕੁਝ ਨਹੀਂ ਕੀਤਾ ਇੱਥੇ ਲੋਕਾਂ ਨਾਲ ਬਹਿਸ ਕਰਦਾ ਵੀ ਇਹ ਨਜ਼ਰ ਆਇਆ ਅਤੇ ਨਸ਼ੇ ਦੀ ਹਾਲਤ ਚਲਾ ਕਰਿਆ ਪਰ ਹਾਲ ਇਸ ਕਾਰ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।